सत श्री अकाल जी सारियां। आप उपर छत की सफाई करते पे हाँ, जिथे पकौड़िया का लंगर हों, साडी ड्यूटी होंगी हमेशा इतने, जिथे पकौड़िया का लंगर लगता उत्थे साडी ड्यूटी होंगी। मैनू लगता मेरी आवाज़ पता नहीं आती कि नहीं आती, जे नहीं साफ होगी तो मैं बाद वॉइस ओवर कर दूँगी। हूँ आप इतने सफाई करना आए थी क्योंकि रात बहुत ज़्यादा बारिश हुई है, तो उपर बहुत ज़्यादा हो गया घाण जहा, जिदा जी ब्लैक ब्लैक जी ना जम जी काई जी छत के उत्ते, ਉਹਦੇ ਨਾਲ ਬਹੁਤ ਘਾਣ ਜਿਹਾ ਹੋਇਆ ਸੀ ਅਤੇ ਸਾਰੇ ਬੱਚੇ ਵੀ ਲੱਗੇ ਹੋਏ ਨਾਲ। ਦੇਖੋ ਪਿੱਛੇ ਮੇਰੇ ਸਭ ਲੱਗੇ ਹੋਏ, ਬਸ ਭਾਈ ਉਹ ਜੋਤੀ ਦੀ ਲੱਗੇ ਆ ਉੱਧਰ, ਜੋਤੀ ਦੀ ਸਫਾਈ ਕਰਦੇ, ਅਤੇ ਉੱਪਰਲੀ ਛੱਤ ਦੇ ਉੱਤੇ ਵੀ ਸਾਡੇ ਪਿੰਡ ਦੇ ਮੁੰਡੇ ਆ ਸਾਰੇ, ਉਹ ਵੀ ਲੱਗੇ ਹੋਏ ਸਫਾਈ ਕਰਦੇ ਪਏ ਆ ਸਾਰੇ। ਅਤੇ ਆਪਾਂ ਲੱਗੇ ਸੀ ਹੌਲੀ ਹੌਲੀ, ਦੇਖੋ ਸਾਰਾ ਕੂੜਾ ਵਗੈਰਾ ਬੱਚੇ ਲੱਗੇ ਹੋ ਨਾਲ ਨਾਲ ਚੁੱਕਣ, ਕੁੜੀਆਂ ਆ ਛੋਟੀ ਛੋਟੀਆਂ, ਸਾਰੇ ਸਫਾਈ ਆਪਣੇ ਆਪਣੇ ਜੋ ਹਿੱਸੇ ਜਿਹਦੇ ਜਿਹਦੇ ਹਿੱਸੇ ਸਫਾਈ ਆਉਂਦੀ ਆ ਕੋਈ ਵੀ ਸੇਵਾ, ਉਹ ਸਭ ਕਰਦੇ ਪਏ ਆ। ਅਤੇ ਨੀਚੇ ਵੀ ਪਹਿਲਾਂ ਥੋੜ੍ਹੀ ਦੇਰ ਸਬਜ਼ੀਆਂ ਕੱਟਣ ਦੀ ਸੇਵਾ ਕਰਕੇ ਆਏ ਹਾਂ, ਫਿਰ ਆਪਾਂ ਕਿਹਾ ਚਲੋ ਹੁਣ ਮੀਂਹ ਹਟ ਗਿਆ ਸੀਗਾ, ਅਤੇ ਫਿਰ ਆਪਾਂ ਕਿਹਾ ਉੱਪਰ ਉੱਪਰ ਆ ਕੇ ਸਫਾਈ ਕਰਦੇ ਸਾਰੀ। ਮੈਂ ਬੈਕ ਕੈਮਰੇ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਦਿਖਾਉਂਦੀ ਹਾਂ, ਇੱਥੇ ਹੋ ਰਹੀ ਸਫਾਈ। ਅਤੇ ਆਹ ਇੱਦਾਂ ਨਾ ਹੋ ਗਿਆ ਸਾਰਾ, ਚਾਰ ਪੰਜ ਵਾਰ ਝਾੜੂ ਫੇਰਨਾ ਪੈਣਾ ਕਿਉਂਕਿ ਸਾਰਾ ਗਿੱਲਾ ਹੋ ਗਿਆ, ਸੁੱਕੂਗਾ, ਸੁੱਕਣ ਤੋਂ ਬਾਅਦ ਫਿਰ ਇੱਕ ਵਾਰ ਝਾੜੂ ਫੇਰ ਹੋਣਾ। ਅਤੇ ਆਹ ਜਿਹੜਾ ਮੈਂ ਤਾਂ ਦੀਦੀ ਨੂੰ ਕਹਿ ਰਹੀ ਸੀ, ਮੈਂ ਕਿਹਾ ਵਾਸ਼ ਕਰ ਦਿੰਦੇ ਹਾਂ ਪਾਣੀ ਲਿਆ ਕੇ, ਫਿਰ ਥੱਲੇ ਸੰਗਤ ਬੈਠੀ ਸਬਜ਼ੀਆਂ ਵਗੈਰਾ ਕੱਟਦੇ ਪਏ, ਉਹਨਾਂ ਦੇ ਉੱਤੇ ਪਾਣੀ ਡਿੱਗੀ ਹੋਇਆ ਜਾ ਕੇ ਫਿਰ ਉਹਨਾਂ ਪਨਾਲਿਆਂ ਦੇ ਵਿੱਚੋਂ, ਤਾਂ ਕਰਕੇ ਔਖਾ ਲੱਗਦਾ। ਹਾਂ, ਅਤੇ ਹੁਣ ਉੱਪਰ ਲੱਗਿਆ ਕੁੜੀ ਆ, ਇਹਦਾ ਨਾਮ ਹੈਗਾ ਸੰਜੂ। ਹਾਏ, ਸਾਰੇ ਬੱਚੇ ਲੱਗੇ ਹੋ ਆਪਣੀ ਆਪਣੀ ਡਿਊਟੀ, ਜਿੱਥੇ ਜਿੱਥੇ ਲੱਗੀ ਹੋ ਸਾਰਿਆਂ ਦੀ, ਜਿਹੜੀ ਜਿਹੜੀ ਸੇਵਾ ਮਿਲਦੀ ਸਾਰੇ ਕਰੀ ਜਾਂਦੇ ਆ। ਇੱਧਰ ਜੋਤੀ ਦੀ ਲੱਗੀ ਆ, ਅਤੇ ਇੱਧਰ ਸੰਜੂ ਲੱਗੀ ਆ, ਅਤੇ ਉਹਦਾ ਨਾਮ ਨਹੀਂ ਮਿਲਦਾ, ਖੁਸ਼ੀ ਆ ਇਹਦਾ ਨਾਮ, ਅਤੇ ਮੇਰਾ ਨਾਮ ਮਨਦੀਪ ਕੌਰ ਹੈ। ਅਤੇ ਬਾਕੀ ਨੀਚੇ ਸੰਗਤਾਂ ਲੱਗੀਆਂ ਸਾਰੀਆਂ, ਸਭ ਲੱਗੇ ਹੋਏ ਆ। ਅਤੇ ਉਹ ਆਲੂ ਕੱਟ ਹੋ ਗਏ ਕੱਲ੍ਹ ਦੇ ਪਕੌੜਿਆਂ ਵਾਸਤੇ, ਪਕੌੜਿਆਂ ਦਾ ਲੰਗਰ ਲੱਗੇਗਾ। ਅਤੇ ਉੱਪਰ ਉੱਪਰ ਵੀ ਸੰਗਤਾਂ ਲੱਗੀਆਂ, ਉੱਪਰ ਸਾਰੀ ਸਫਾਈ ਹੋ ਗਈ, ਅਤੇ ਉੱਪਰ ਉਹ ਇੱਕ ਮੁੰਡਾ ਲੱਗਾ ਹੋਇਆ ਵਿਚਾਰਾ ਇਕੱਲਾ ਹੀ, ਇੱਧਰ ਕੋਈ ਵੀ ਨਹੀਂ ਹੈਗਾ, ਇਕੱਲਾ ਹੀ ਲੱਗਾ ਹੋਇਆ ਸਫਾਈ ਕਰਨ ਇੱਕ ਵਾਰੀ, ਬਟ ਫਿਰ ਵੀ ਕਰਨਾ ਪੈਣਾ, ਧੋਣਾ ਪੈਣਾ ਸ਼ਾਇਦ, ਹੈ ਨਾ, ਧੋਤੇ ਤੋਂ ਬਿਨਾਂ ਇਹ ਹੋਣਾ ਨਹੀਂ ਹੈਗਾ। ਤਰ ਭਾਅ ਜੀ ਹੁਣੀ ਆ ਗਏ, ਗਾਈਸ ਦੇਖੋ ਸਫਾਈ ਹੁੰਦੀ ਪਈ ਆ, ਦੇਖ ਲਓ ਆ ਹੈਗਾ ਗੁਰਦੁਆਰਾ, ਦੇਖੋ ਗਾਈ ਸਾਰੇ ਸੇਵਾ ਕਰ ਰਹੇ ਹਨ ਕੀਰਤਨ ਦਰਬਾਰ ਲਈ। ਆ ਸਾਡਾ ਪੂਰਾ ਪਿੰਡ ਪੈ ਰਿਹਾ ਹੈ ਜੀ, ਮੇਰੀ ਵੀਡੀਓ ਸਮਝੂ ਕੇ ਦੇਖੋ, ਆ ਜਾਓ ਹੁਣ ਅਸੀਂ ਇਹ ਦੇਖੋ ਗਾਈਸ, ਆ ਦੇਖੋ ਬਾਰਿਸ਼ ਪੈ ਰਹੀ ਹੈ। ਦੇਖੋ ਸਾਰੇ ਸੇਵਾਦਾਰ, ਸਾਰੇ
सनाक्षी बेचना पड़ी है साइड तेरे ਉਹਨਾਂ ਸਾਫ ਹੋਣਾ ਹੈ ਤਾਂ।